ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਤੁਹਾਨੂੰ ਆਪਾਂ ਇੱਕ ਬਹੁਤ ਚੰਗੀ ਚੰਬੀ ਘੋੜੀ ਦਿਖਾਉਣ ਲੱਗੇ ਆਂ ਘੋੜੀ ਚੰਗੀ ਐ ਗੱਬਣ ਵੀ ਐ ਸੂਨ ਦੇ ਨੇੜੇ ਐ ਡਿਟੇਲ ਅੱਗੇ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਪਣੇ ਕਿਸੇ ਜਾਨਵਰ ਦੀ ਕਿਸੇ ਸੱਜਣ ਨੇ ਵੀਡੀਓ ਕਰਵਾਉਣੀ ਹੋਵੇ ਆਪਣੇ ਇਸ ਚੈਨਲ ਤੇ ਤਾਂ ਵੀਡੀਓ ਦੇਖੀ ਦੇ ਜਿਹੜਾ ਆਪਣਾ ਦੋਸਤੋ ਨੰਬਰ ਲੱਗਾ ਹੁੰਦਾ ਉੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਦੋਸਤੋ ਇਦਾਂ ਦੀ ਹਰ ਰੋਜ਼ ਨਵੀਆਂ ਵੀਡੀਓ ਦੇਖਣ ਦੇ ਲਈ ਆਜੋ ਇਸ ਘੋੜੀ ਦੀ ਆਪਾਂ ਡਿਟੇਲ ਦੀ 7 ਸਾਲ ਉਮਰ ਇਹਦੀ ਮਾਲਕ ਵੀਰਾਂ ਨੇ ਦੱਸੀ ਆ ਦੋਸਤੋ ਇਸ ਟਾਈਮ ਤੇ 61+ ਇਹਦੀ ਜਿਹੜੀ ਹਾਈਟ ਹੈ ਸੂਨ ਦੇ ਨੇੜੇ ਆ ਘੋੜੀ ਗੱਭਣ ਹੈ 10 ਮਹੀਨਿਆਂ ਦੀ ਬਹੁਤ ਚੰਗੇ ਸੋਹਣੇ ਘੋੜੇ ਤੋਂ ਨੁਕਰੇ ਤੋਂ ਗੱਭਣ ਹੈ ਦੋਸਤੋ ਅੱਗੇ ਵੀ ਬੱਚੇ ਬਾਈ ਹੋਣਾ ਨੇ ਕਿਹਾ ਵੀ ਇਹਨੇ ਨੁਕਰੇ ਬੱਚੇ ਦਿੰਦੀ ਹੈ ਘੋੜੀ ਚੰਗੀ ਘੋੜੀ ਹੈ ਬੰਤਰ ਵੀ ਚੰਗੀ ਹੈ ਤੇ ਬਾਕੀ ਦੋਸਤੋ ਕਿਸੇ ਸੱਜਣ ਨੇ ਪਹਿਲੀ ਵਾਰੀ ਘੋੜੀ ਲੈਣੀ ਹੈ ਚੰਬੀ ਘੋੜੀ ਲੈਣੀ ਹੈ ਪੈਸੇ ਥੋੜੇ ਲਾਉਣੇ ਹੁੰਦੇ ਆ ਉਸ ਬੰਦੇ ਵਾਸਤੇ ਚੰਗੀ ਚੁਆਇਸ ਹੋ ਸਕਦੀ ਹੈ ਦੋਸਤੋ ਉਹ ਜਰੂਰ ਬਾਈ ਹੁਣਾਂ ਦੇ ਨਾਲ ਸੰਪਰਕ ਕਰ ਲਿਓ ਕਿਉਂਕਿ ਗੱਬਣਾ ਸੂਨ ਦੇ ਨੇੜੇ ਹੈ ਤੇ ਬਾਕੀ ਹਾਈਟ ਵੀ ਠੀਕ ਹੈ ਕਾਰ ਪਲੱਸ ਹਾਈਟ ਹੈ ਉਮਰ ਵੀ 7 ਸਾਲ ਹੈ ਸਵੈਨ ਘੋੜੀ ਹੈ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਹੈ ਵਾਲਪੌਰੀਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਦੋਸਤੋ ਬਾਈ ਹੁਣੀ ਕਹਿੰਦੇ ਵੀ ਛੱਟਾ ਜਰੂਰ ਹੈਗਾ ਘੋੜੀ ਦੇ ਤੇ ਬਾਕੀ ਪੱਖਾਂ ਤੋਂ ਸਾਰਿਆਂ ਤੋਂ ਠੀਕ ਹੈ ਚੰਬੀ ਘੋੜੀ ਹੈ ਇਹ ਬਜਰੰਗ ਘੋੜਾ ਜਿਹੜਾ ਦੋਸਤੋ ਗੋਪੀ ਸਰਪੰਚ ਕੋਲੇ ਬਾਈ ਗੋਪੀ ਸਰਪੰਚ ਕੋਲੇ ਘੋੜਾ ਬਜਰੰਗ ਜਿਹੜਾ ਉਹ ਤੋਂ ਗੱਭਣ ਹੈ 10 ਮਹੀਨੇ ਦੀ ਗੱਭਣ ਹੋਈ ਵੀ ਹੈ ਮਹੀਨੇ ਖੰਡ ਤੱਕ ਇਹਨੇ ਜਿਹੜਾ ਬੱਚਾ ਦੇ ਦੇਣਾ ਤੇ ਮੁੱਲ ਜਿਹੜਾ ਇਹਦਾ ਬਾਈ ਜੀ ਹੋਣੀ 2 ਲੱਖ ਰੁਪਈਆ ਕਰਦੇ ਆ ਬਾਕੀ ਮੌਕੇ ਤੇ ਮਾਨ ਤਾਨ ਵੀ ਜੋ ਦੋਸਤੋ ਜਿਹੜਾ ਕਰਨਗੇ ਪਿੰਡ ਬਾਈ ਜੀ ਹੁਣਾ ਦਾ ਮੱਤਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਇਹ ਘੋੜੀ ਖੜੀ ਹੈ ਸੋ ਚੰਗੀ ਸੋਹਣੀ ਘੋੜੀ ਹੈ ਜੇ ਕੋਈ ਸੱਜਣ ਚਾਹਵਣਾ ਤਾਂ ਜਰੂਰ ਬਾਈ ਹੁਣਾ ਦੇ ਨਾਲ ਗੱਲਬਾਤ ਕਰ ਲਿਓ ਕਿਉਂਕਿ ਪੈਸੇ ਵੀ ਠੀਕ ਐ ਮੁੱਲ ਠੀਕ ਐ ਸੂਣ ਵਾਲੀ ਐ 10 ਮਹੀਨੇ ਦੀ ਗੱਬਣਾ ਨੁਕਰੇ ਚੰਗੇ ਘੋੜੇ ਤੋਂ ਗੱਬਣਾ ਐ ਇਹ ਵੀ ਫਰਕ ਹੁੰਦਾ ਦੋਸਤੋ ਕਈ ਵਾਰੀ ਆਮ ਆਪਾਂ ਨਾਰਮਲ ਕਈ ਵਰੀ ਬੰਦਾ ਮੀਟ ਕਰਵਾ ਲੈਂਦਾ ਵੀ ਆਪਾਂ ਸੇਲ ਕਰਨੀ ਐ ਪਰ ਬਹੁਤ ਚੰਗੇ ਘੋੜੇ ਤੋਂ ਗੱਬਣਾ ਐ ਕੋੜੀ ਸੋ ਬੱਚਾ ਦੋਸਤੋ ਚੰਗਾ ਦੇ ਸਕਦੀ ਐ ਚੰਗੇ ਬੱਚੇ ਦੀ ਆਪਾਂ ਉਮੀਦ ਕਰ ਸਕਦੇ ਆ ਘੋੜਾ ਬਹੁਤ ਚੰਗਾ ਐ ਤੇ ਜੇ ਬੱਚਾ ਵਧੀਆ ਦੇਗੀ ਤਾਂ ਸਮਝ ਲਓ ਵੀ ਕੋੜੀ ਜਿਹੜੀ ਉਹ ਫਰੀ ਰਹਿ ਜਾਣੀ ਐ ਸੋ ਕਰੋ ਗੱਲਬਾਤ ਬਾਈ ਹੁਣਾਂ ਦੇ ਨਾਲ ਤੇ ਜਾਣਕਾਰੀ ਜਿੰਨੀ ਕੁ ਮੈਨੂੰ ਬਾਈ ਹੁਣਾਂ ਨੇ ਦੱਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਇਹਨੂੰ ਵੈਰੀਫਾਈ ਤੁਸੀਂ ਕਰਨਾ ਤੇ ਉਹ ਤੁਹਾਡੀ ਜ਼ਿੰਮੇਵਾਰੀ ਸੱਜਣੋ ਵੀਡੀਓ ਜਾਂਦੇ ਜਾਂਦੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਜਾਈ ਜੀ ਤੇ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣੇ ਇਸ ਚੈਨਲ ਤੇ ਤਾਂ ਇੱਥੇ ਮੇਰਾ ਨੰਬਰ ਚੱਲਦਾ ਹੁੰਦਾ ਇੱਥੇ ਮੇਰੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ